ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਮਾਤ 8ਵੀਂ ਵਾਲਿਆਂ ਦਾ ਪੰਜਾਬੀ మీడియం ਦੇ ਵਿੱਚ ਸਾਇੰਸ ਜਿਹੜਾ ਵਿਸ਼ਾ ਵਿਗਿਆਨ ਦਾ ਪੇਪਰ ਹੈ ਉਸ ਦਾ ਮਾਡਲ ਟੈਸਟ ਪੇਪਰ ਵਿਦ ਸੋਲੂਸ਼ਨ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬੱਚਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਇਸ ਚੈਨਲ ਤੋਂ ਆਪਣੇ ਜਿਹੜੇ ਬੋਰਡ ਦੇ ਐਗਜ਼ਾਮ ਹੋ ਰਹੇ ਨੇ ਉਹਨਾਂ ਦੀ ਤਿਆਰੀ ਵੱਧ ਤੋਂ ਵੱਧ ਕਰ ਸਕੋ ਚਲੋ ਆਪਾਂ ਸਟਾਰਟ ਕਰਦੇ ਆਂ ਮੈਂ ਉਸ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੀ ਆਂ ਕਿ ਇਹ ਪੇਪਰ ਜਿਹੜਾ ਕਿ ਵਿਦ ਸੋਲੂਸ਼ਨ ਹੈ ਸਾਰਾ ਵੀਡੀਓ ਦੇ ਵਿੱਚ ਹੀ ਆ ਪ ਕਰ ਦਿੰਦੇ ਹੋ ਫਿਰ ਤੁਹਾਨੂੰ ਸਮਝ ਨਹੀਂ ਆਉਂਦੀ ਹੈ ਕਿ ਸਾਰਾ ਸੋਲੂਸ਼ਨ ਹੈ ਰੋਕ ਰੋਕ ਕੇ ਵੀਡੀਓ ਨੂੰ ਪਾਜ਼ ਕਰ ਕਰਕੇ ਤੁਸੀਂ ਸਾਰਾ ਪੜਨਾ ਹੈ ਐਂਡ ਤੱਕ ਜਿਹੜਾ ਬੱਚਾ ਦੇਖੂਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਫਰਸਟ ਹੈਗਾ ਕਮੀਰ ਦੀ ਵਰਤੋਂ ਖੇਤ ਲਿਖਿਆ ਵਿੱਚੋਂ ਕਿਸ ਦੀ ਤਿਆਰ ਲਈ ਕੀਤੀ ਜਾਂਦੀ ਹੈ ਤਾਂ ਸ਼ਰਾਬ ਅੱਗੇ ਹੈਗਾ ਮਲੇਰੀਆ ਫਲਾਉਣ ਵਾਲੇ ਪ੍ਰੋਟੋਜ਼ੋਆ ਦਾ ਵਾਹਕ ਕਿਹੜਾ ਹੈਗਾ ਮਾਦਾ ਐਨ ਫਾਈਸ ਹੇਠੇ ਉੱਚੋ ਕਿਸੇ ਨੂੰ ਕੁੱਟ ਕੇ ਚਾਦਰਾਂ ਵਿੱਚ ਬਦਲਿਆ ਜਾ ਸਕਦਾ ਉਹ ਕਿਹੜਾ ਹੈ ਜ਼ਿੰਕ ਅੱਗੇ ਇੱਕ ਟੈਡਪੋਲ ਜਿਸ ਦੀ ਪ੍ਰਕਿਰਿਆ ਦੁਆਰਾ ਪ੍ਰੋੜ ਵਿੱਚ ਵਿਕਸਿਤ ਹੁੰਦਾ ਉਹ ਕਿਹੜਾ ਹੈਗਾ ਕਾਇਆ ਪਰਿਵਰਤਨ ਇੱਕ ਯੁਗਮਾਚ ਵਿੱਚ ਪਾਏ ਜਾਣ ਵਾਲੇ ਕੇਂਦ੍ਰਕਤੀ ਸੰਖਿਆ ਡੈਸ਼ ਹੁੰਦੀ ਹੈ 1 ਤਤੂ ਨਹੀਂ ਸੰਚਾਰਿਤ ਹੋ ਸਕਦੀ ਹੈ ਤਾਂ ਕਿ ਇਹ ਠੋਸ द्रव ਤੇ ਗੈਸਾਂ ਵਿੱਚ ਹੇਟ ਲਿਖਿਆ ਵਾਕਤੂਨੀ ਵਿੱਚ ਕਿਸ ਦਾ ਅਵ੍ਰਤੀ ਘਟੋ-ਘਟ ਹੋਣ ਦੀ ਸੰਭਾਵਨਾ ਆਤਮੀ ਦੀ ਅਗੇ ਆਪਤਨ ਕੋਣ ਹਮੇਸ਼ਾ ਬਰਾਬਰ ਹੁੰਦਾ ਹੈ ਤਾਂ ਹਮੇਸ਼ਾ ਹੀ ਬਰਾਬਰ ਹੁੰਦਾ ਹੈ ਹੇਟ ਰਿਕਾ ਵਿੱਚੋਂ ਕਿਹੜਾ ਹਰਾ ਗੈਸ ਘਰ ਦੀ ਗੈਸ ਨਹੀਂ ਹੈਗੀ ਤਾਂ ਕਿਹੜੀ ਹੈ ਨਾਈਟ੍ਰੋਜਨ ਅਗੇ ਮੈਗਨੀਸ਼ੀਅਮ ਆਕਸਾਈਡ ਦਾ ਸੁਭਾਅ ਕਿਹੜਾ ਹੁੰਦਾ ਹੈ ਖਾਰਾ ਹੁੰਦਾ ਹੈ ਅਗੇ ਹੇਟ ਲਿਖਿਆ ਵਿੱਚੋਂ ਜਲਣ ਨੂੰ ਕੋਣ ਮਦਦ ਕਰਦਾ ਹੈ ਤਾਂ ਕੋਣ ਕਰਦਾ ਹੈ ਆਕਸੀਜਨ ਅਗੇ ਪਤਾਲੂ ਕਿਸ ਦਾ ਰਿਸਾਅ ਕਰਦਾ ਹੈ ਟੈਸਟ੍ਰੋਜਨ ਦਾ ਲੜਕਿਆਂ ਵਿੱਚ ਕਿ ਕਿਸ਼ੋਰ ਅਵਸਥਾ ਲੜਕਿਆਂ ਨਾਲੋਂ 1 ਜਾਂ 2 ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਅੱਗੇ ਚਮਕ ਤੋਂ ਬਾਅਦ ਕੀ ਹੁੰਦੀ ਹੈ ਗਰਜ ਉਸ ਤੋਂ ਕਿਹਾ ਗਿਆ ਪੁਚਾਲ ਸਮੇਂ ਧਰਤੀ ਦੀ ਸਤਾ ਤੇ ਪੈਦਾ ਹੋਈਆਂ ਤਰੰਗਾਂ ਨੂੰ ਕੀ ਕਿਹਾ ਜਾਂਦਾ ਹੈ ਸਿਸਮਿਕ ਤਰੰਗਾ ਅੱਗੇ ਹੈਗਾ ਹਲੇ ਧੂਮਕੇਤੂ ਲਗਭਗ ਡੈਸ਼ ਸਾਲਾ ਬਾਅਦ ਵਿਖਾਈ ਦਿੰਦਾ ਹੈ ਤਾਂ ਕਿੰਨੇ ਬਾਅਦ 26 ਸਾਲਾ ਬਾਅਦ ਹੇਠ ਲਿਖਿਆਂ ਵਿੱਚੋਂ ਕਿਹੜਾ ਗ੍ਰਹਿ ਹੈ ਤਾਂ ਕਿਹੜਾ ਸ਼ੁਕਰ ਅੱਗੇ ਜੀਵ ਦੀ ਮੁੰਡਲੀ ਸਿਰਚਨਾਤਮਕ ਇਕਾਈ ਕਿਹੜੀ ਹੈ ਸੈੱਲ ਅੱਗੇ ਨੈਕਸਟ ਹੈਗਾ ਜਿਹੜੇ ਰੇਸ਼ਿਆਂ ਦੇ ਨਿਰਮਾਣ ਫੈਕਟਰੀਆਂ ਵਿੱਚ ਕੀਤਾ ਜਾਂਦਾ ਹੈ ਉਹ ਕੀ ਕਹਾਉਂਦੇ ਹਨ ਤਾਂ ਕੀ ਕਹਿੰਦੇ ਹਨ ਦੋਵੇਂ ਊੜਾ ਅਤੇ ਐੜਾ ਮਾਨਵ ਨਿਮ੍ਰਿਤ ਰੇਸ਼ੇ ਅਤੇ ਇੱਕ ਹੈਗਾ ਹੈ ਸੰਸਲਿਤ ਰੇਸ਼ੇ ਅੱਗੇ ਵਾਹਨਾਂ ਲਈ ਸਭ ਤੋਂ ਘੱਟ ਪ੍ਰਦੂਸ਼ਣ ਪੈਦਾ ਕਰਨ ਵਾਲਾ ਬਲਣ ਕਿਹੜਾ ਹੈਗਾ ਸੀਐਨਜੀ ਉਸ ਤੋਂ ਅੱਗੇ ਨੈਕਸਟ ਹੈਗਾ ਹੈ ਲੱਕੜੀ ਅਤੇ ਕੋਲਾ ਬਲਣ ਨਾਲ ਹਵਾ ਦਾ ਡੈਸ਼ ਹੁੰਦਾ ਹੈ ਤਾਂ ਕੀ ਹੁੰਦਾ ਹੈ ਪ੍ਰਦੂਸ਼ਣ ਅੱਗੇ ਤੇਲ ਦੀ ਅੱਗ ਨੂੰ ਡੈਸ਼ ਦੁਆਰਾ ਕਾਬੂ ਕੀਤਾ ਜਾ ਸਕਦਾ ਹੈ ਤਾਂ ਇਸ ਦਾ ਆਨਸਰ ਹੈਗਾ ਹੈ ਪਾਣੀ ਉਸ ਤਰ੍ਹਾਂ ਉਹ ਪ੍ਰਜਾਤੀਏ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਂਦੀਆਂ ਹਨ ਉਹਨਾਂ ਨੂੰ ਡੈਸ਼ ਕੀ ਹੈ ਕਹਿੰਦੇ ਹਨ ਤਾਂ ਕਹਿੰਦੇ ਖਾਸ ਸਥਾਨਿਕ ਪ੍ਰਜਾਤੀਆਂ ਉਸ ਤਰ੍ਹਾਂ ਪ੍ਰਵਾਸ ਪੰਛੀ ਆਪਣੇ ਕੁਦਰਤੀ ਆਵਾਸ ਸਥਾਨਾ ਤੋਂ ਡੈਸ਼ ਵਿੱਚ ਪਰਵਰਤਨ ਕਾਰਨ ਦੂਰ ਦਰਡੇ ਸਥਾਨਾਂ ਵੱਲ ਪ੍ਰਵਾਸ ਕਰਦੇ ਹਨ ਤਾਂ ਜੰਜ ਜਲਵਾਯੂ ਅੱਗੇ ਸਮਾਨ ਨਾਲ ਲੱਦੀ ਟਰਾਲੀ ਚਲਾਉਣ ਦੇ ਲਈ ਸਾਨੂੰ ਉਸ ਨੂੰ ਡੈਸ਼ ਪੈਂਦਾ ਹੈ ਤਾਂ ਕੀ ਬੰਦਾ ਖਿੱਚਣਾ ਰਗੜ ਸਤਾ ਦੇ ਡੈਸ਼ ਉੱਤੇ ਨਿਰਭਰ ਕਰਦੀ ਹੈ ਤਾਂ ਇਹਦੇ ਸੁਭਾਅ ਉੱਤੇ ਅੱਗੇ ਸਰਨਸ਼ੀਲ ਰਗੜ ਸਥਿਤੀਕ ਰਗੜ ਤੇ ਅਗਲਾ ਨੈਕਸਟ ਹੈਗਾ ਕਿਸੇ ਕੋਲ ਵਿੱਚ ਬਿਜਲੀ ਧਾਰਾ ਲੰਘਣ ਤੇ ਡੈਸ਼ ਪ੍ਰਭਾਵ ਪੈਂਦਾ ਹੈ ਤਾਂ ਇਹਦਾ ਅਗਰ ਰਸਾਇਣਿਕ ਅਗੇ ਬਿਜਲੀ ਧਾਰਾ ਦੁਆਰਾ ਕਿਸੇ ਪਦਾਰਥ ਉੱਤੇ ਇਛਤਤਾ ਦੀ ਪਰਤ ਛਡਾਉਣ ਦੀ ਪ੍ਰਕਿਰਿਆ ਨੂੰ ਡੈਸ਼ ਕਹਿੰਦੇ ਹਨ ਬਿਜਲੀਮਨਕ ਕੋਲਾ 1 ਡੈਸ਼ ਆਦਿ ਨਾਲ ਖਤਮ ਹੁਣ ਅਗੇ ਹੁਣ ਨੈਕਸਟ ਆ ਜਾਂਦੇ ਬੱਚੇ ਕੋਕ ਕਾਰਬਨ ਦਾ ਲਗਭਗ ਸ਼ੁੱਧ ਰੂਪ ਹੈ ਤਾਂ ਇਸ ਅਨਸਰ ਹੈਗਾ ਠੀਕ ਇੱਕ ਸੈਲੀ ਜੀਵਾ ਵਿੱਚ ਇੱਕ ਸੈੱਲ ਹੁੰਦਾ ਹੈ ਤਾਂ ਇਸ ਅਨਸਰ ਵੀ ਹੈ ਠੀਕ ਅੱਗੇ ਇਸ ਜੀਵ ਦੀ ਮੁੰਡਲੀ ਸਿਰਜਣਾ ਅੰਗ ਹੈ ਤਾਂ ਇਹ ਗਲਤ ਹੈ ਤੁਹਾਨੂੰ ਸਭ ਨੂੰ ਪਤਾ ਹੈ ਸੈੱਲ ਹੈ ਪਰ ਉੱਪਰ ਵੀ ਵੜ ਕੇ ਆਏ ਆ ਇੱਕ ਸਰਚ ਆਸਾਰ ਚਾਰਜਿਤ ਵਸਤੂ ਅਣਚਾਰਜਿਤ ਵਸਤੂ ਨੂੰ ਪ੍ਰਕਿਰਿਸ਼ਿਤ ਕਰਦੀ ਹੈ ਤਾਂ ਇਸ ਦਾ ਅਨਸਰ ਹੈ ਗਲਤ ਅੱਗੇ ਤੁਸੀਂ ਘੱਟ ਪ੍ਰਕਾਸ਼ ਵੱਲ ਦੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਆਕਾਰ ਕੀ ਹੋ ਜਾਂਦਾ ਵੱਡਾ ਤਾਂ ਇਹ ਹੈਗਾ ਠੀਕ ਅਗੇ ਹੈਗਾ ਸੁਖਮ ਜੀਵਾ ਦੇ ਦੋ ਪ੍ਰਯੋਗਾਂ ਦੱਸੋ ਹੈਗਾ ਜਿਹੜੇ ਸੁਖਮ ਜੀ ਹੁੰਦੇ ਹੈ ਪ੍ਰਤੀ ਜੈਵਿਕ ਦਵਾਈਆਂ ਬਣਾਉਣ ਦੇ ਕੰਮ ਹੁੰਦੇ ਹਨ ਇਹ ਭੂਮੀ ਤੋਂ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ ਸੋਡੀਅਮ ਤਾਤ ਨੂੰ ਮਿੱਟੀ ਦੇ ਤੇਲ ਵਿੱਚ ਕਿਉਂ ਰੱਖਿਆ ਜਾਂਦਾ ਹੈ ਸੋਡੀਅਮ ਤਾਤ ਉਹ ਪ੍ਰਤੀਕਿਰਿਆਸ਼ੀਲ ਹੁੰਦੀ ਹੈ ਇਹ ਆਕਸੀਜਨ ਅਤੇ ਪਾਣੀ ਦੇ ਨਾਲ ਹੀ ਅਤਿਅੰਤ ਤੇਜ਼ ਪ੍ਰਤੀਕਿਰਿਆ ਕਰਦੀ ਹੈ ਪ੍ਰਤੀਕਿਰਿਆ ਵਿੱਚ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ ਇਸ ਲਈ ਇਸ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ ਇਹ ਜੰਤੂ ਸੈੱਲ ਦਾ ਲੇਬਲਡ ਚਿੱਤਰ ਬਣਾਓ ਤੇ ਚਿੱਤਰ ਤੁਸੀਂ ਪੋਜ਼ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ ਸੈਲ ਸਿਲੀ ਰਸਦਾਨੀ ਕੇਂਦਰਕ ਤੇ ਸੈਲ ਦਰਵ ਠੀਕ ਹੈ ਤੇ ਹੁੰਦਾ ਹੈ ਹੁਣ ਅੱਗੇ ਆਪਾਂ ਨੈਕਸਟ ਦੇਖਦੇ ਆ ਕਾਇਆ ਪਰਿਵਰਤਨ ਕਿਸ ਨੂੰ ਕਹਿੰਦੇ ਹਨ ਕੁਝ ਖਾਸ ਪਰਿਵਰਤਨ ਤੋਂ ਬਾਅਦ ਲਾਰਵਾ ਦੇ ਪ੍ਰੋੜ ਜੰਤੂ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਾਇਆ ਪਰਿਵਰਤਨ ਕਹਿੰਦੇ ਹਨ ਉਦਾਹਰਨ ਦੇ ਤੌਰ ਤੇ ਡੱਡੂ ਰੇਸ਼ਮ ਦੇ ਕੀੜੇ ਆਦਿ ਵਿੱਚ ਕਾਇਆ ਪਰਿਵਰਤਨ ਹੁੰਦਾ ਹੈ ਤਾਂ ਕਾਇਆ ਪਰਿਵਰਤਨਿੱਤੇ ਅੱਗੇ ਖਿਡਾਰੀ ਕਿੱਲਾਂ ਵਾਲੀ ਜੁੱਤੀ ਕਿਉਂ ਪਹੁੰਦੇ ਹਨ ਖਿਡਾਰੀ ਕਿੱਲਾਂ ਵਾਲੀ ਜੁੱਤੀ ਪਹੁੰਦੇ ਹਨ ਕਿਉਂਕਿ ਇਸ ਤਰ੍ਹਾਂ ਜੁੱਤੀ ਪਾਉਣ ਨਾਲ ਜੁੱਤੀਆਂ ਦੀ ਫਰਸ਼ ਨਾਲ ਪਕੜ ਵੱਧਦੀ ਹੈ ਜਿਸ ਦੇ ਕਾਰਨ ਖਿਡਾਰੀ ਆਸਾਨੀ ਨਾਲ ਦੌੜ ਸਕਦਾ ਹੈ ਅਗੇ ਆਪਣੇ ਆਲੇ ਦੁਆਲੇ ਉਪਲਬਧ ਬਿਜਲੀ ਮੁਰੰਮਤ ਚਾਰ ਵਸਤਾਂ ਦੇ ਨਾਂ ਦੱਸੋ ਪਾਣੀ ਦੀਆਂ ਟੂਟੀਆਂ ਸਾਈਕਲ ਦੇ ਹੈਂਡਲ ਚਮਚ ਤੇ ਬਨ ਆਉਟੇ ਗਹਿਣੇ ਅਗੇ ਹੈਗੇ ਪਰਵਰਤਨ ਦੇ ਨਿਯਮ ਦੱਸਣੇ ਆ ਆਪਤਿਤ ਕਿਰਨ ਆਪ ਪਰਵਰਤਿਤ ਕਿਰਨ ਤੇ ਅਵਿਲੰਭ ਇੱਕੋ ਹੀ ਤਲ ਵਿੱਚ ਹੁੰਦੇ ਹਨ ਇਹਦਾ ਇਟ ਮੀਨਸ ਹੈਗਾ ਕਿ ਜਿਹੜੇ ਉਹ ਹੁੰਦੇ ਜਿਹੜੇ ਕਿਰਨਾਂ ਹੁੰਦੀਆਂ ਨੇ ਉਹ ਇੱਕ ਹੀ ਤਲ ਤੇ ਜਿਹੜੀਆਂ ਕਿ ਤਿੰਨੇ ਬਣਦੀਆਂ ਜਿਵੇਂ ਕਿ ਮੈਂ ਇੰਗਲਿਸ਼ ਮੀਡੀਆ ਵਾਲੀ ਵੀਡੀਓ ਵੀ ਪਾਈ ਹੋਈ ਆ ਤੁਸੀਂ ਉਸ ਤੇ ਜਾ ਕੇ ਵੀ ਦੇਖ ਸਕਦੇ ਹੋ ਇੱਕ ਹੀ ਤਲ ਤੇ ਬਣਦੇ ਹਨ ਤੇ ਨੈਕਸਟ ਹੈਗਾ ਜਿਹੜਾ ਆਪਤਨ ਕੋਣ ਤੇ ਪਰਵਰਤਨ ਕੋਣ ਦੇ ਬਰਾਬਰ ਹੁੰਦਾ ਅੱਗੇ ਸਾਫ ਅਤੇ ਪਾਰਦਰਸ਼ੀ ਪਾਣੀ ਹਮੇਸ਼ਾ ਪੀਣ ਯੋਗ ਹੁੰਦਾ ਟਿੱਪਣੀ ਕਰਨਾ ਨਹੀਂ ਸਾਫ ਅਤੇ ਪਾਰਦਰਸ਼ੀ ਪਾਣੀ ਪੀਣ ਯੋਗ ਨਹੀਂ ਹੁੰਦਾ ਕਿਉਂਕਿ ਇਸੇ ਵਿੱਚ ਰੋਗ ਵਾਹਕ ਜਿਹੜੇ ਸੂਖਮ ਜੀਮ ਹੁੰਦਾ ਨਾ ਇਹਦੇ ਵਿੱਚ ਕੁਲਿਆ ਹੁੰਦੀਆਂ ਤੇ ਇਸ ਨਾਲ ਅਜੇ ਪਾਣੀ ਪੀਣਾ ਸੀ ਬਿਮਾਰ ਹੋ ਸਕਦੇ ਆ ਕਿ ਸੋਨਾ ਚਾਂਦੀ ਨੂੰ ਪਿਘਲਾਉਣ ਦੇ ਲਈ ਸੁਨਿਆਰ ਦੇ ਲਾਟ ਕਿਸ ਖੇਤਰ ਵਿੱਚ ਵਰਤੋਂ ਕੀਤੀ ਜਾਂਦੀ ਹੈ ਸੋਨੇ ਦੀ ਲਾਟ ਨੂੰ ਗਢਾਰੇ ਸੁਨਾਰੇ ਲਾਟ ਬਾਹਰੀ ਖੇਤਰ ਦੀ ਵਰਤੋਂ ਕਰਦਾ ਹੈ ਇਹ ਖੇਤਰ ਲਾਟ ਸਭ ਤੋਂ ਗਰਮ ਹੁੰਦੀ ਹੈ ਅਗੇ ਨੈਸ਼ਨਲ ਪਾਰਕ ਕੀ ਹੈ ਉਹ ਖੇਤਰ ਜੋ ਜੰਗਲੀ ਜੀਵਨ ਲਈ ਰਾਖਵਾ ਖੇਤਰ ਹੁੰਦਾ ਹੈ ਜਿੱਥੇ ਉਹ ਸਤੰਤਰ ਨਾਲ ਨਿਵਾਸ ਸਥਾਨਾਂ ਨੂੰ ਹੋਰ ਕੁਦਰਤੀ ਚਰੋਤਾਂ ਵੱਲ ਕਰ ਸਕਦੇ ਨੇ ਨੈਸ਼ਨਲ ਪਾਰਕ ਕਹਾਉਂਦੇ ਆ ਤੇ ਰਸਾਇਣਿਕ ਖਾਦਾਂ ਤੇ ਰੂੜੀ ਖਾਦਾਂ ਵਿੱਚ ਕੀ ਅੰਤਰ ਹੈ ਰਸਾਇਣਿਕ ਖਾਦਾਂ ਜਿਹੜੀਆਂ ਪਦਾਰਥ ਜੋ ਕਿਸੇ ਖਾਸ ਪੋਸ਼ਟਿਕ ਨਾਲ ਭਰਪੂਰ ਹੁੰਦੇ ਹਨ ਰੂੜੀ ਖਾਦ ਜਿਹੜੀ ਕੀ ਉਦਰਤੀ ਪਦਾਰਥ ਜੋ ਕਿ ਜੰਤੂਆਂ ਦੇ ਬਿਵਰਤ ਅਤੇ ਅਪਘਟਨ ਤੋਂ ਤਿਆਰ ਹੁੰਦੇ ਹਨ ਰਸਾਇਣਿਕ ਖਾਦਾਂ ਦਾ ਉਤਪਾਦਨ ਫੈਕਟਰੀਆਂ ਵਿੱਚ ਕੀਤਾ ਜਾਂਦਾ ਹੈ ਰੂੜੀ ਖਾਦਾਂ ਦਾ ਖੇਤਾਂ ਦੁਆਰਾ ਤਿਆਰ ਕੀਤੀ ਜਾਂਦੀ ਹੈ ਰਸਾਇਣਿਕ ਖਾਦਾਂ ਭੂਮੀ ਨੂੰ ਮੱਲੜ ਪ੍ਰਦਾਨ ਕਰਦੀਆਂ ਤੇ ਦੂਜੀਆਂ ਜਿਹੜੇ ਰਸਾਇਣਿਕ ਖਾਦਾਂ ਵਿੱਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ ਆਦੀ ਪੋਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਰੂੜੀ ਖਾਦਾਂ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਇਹ ਪੋਸ਼ਕ ਤੱਤ ਘੱਟ ਮਾਤਰਾ ਵਿੱਚ ਹੁੰਦੇ ਹਨ ਅਗਰ ਰਸਾਇਣਿਕ ਖਾਦਾਂ ਦੀ ਲੋੜ ਤੋਂ ਵੱਧ ਮਿੱਟੀ ਉਦਰਤੀ ਉਚਾਉ ਚ ਕੱਟਦੀ ਹੈ ਅਤੇ ਰੂੜੀ ਖਾਦ ਦੀ ਵਰਤੋਂ ਨਾਲ ਭੂਮੀ ਦੀ ਰਚਨਾ ਵਿੱਚ ਇਸ ਦੀ ਪਾਣੀ ਨੂੰ ਸੋਖ ਕੇ ਰੱਖਣ ਦੀ ਸਮਰੱਥਾ ਵਿੱਚ ਸੁਧਾਰ ਆ ਜਾਂਦਾ ਹੈ ਅੱਗੇ ਨੈਕਸਟ ਹੈਗਾ ਕੋਲਾ ਅਤੇ ਪੈਟਰੋਲੀਅਮ ਖਤਮ ਹੋਣ ਵਾਲੇ ਪ੍ਰਕਿਰਤਿਕ ਸਾਧਨ ਕਿਉਂ ਹਨ ਕੋਲਾ ਅਤੇ ਪੈਟਰੋਲੀਅਮ ਫੌਸਿਲ ਬਾਲਣ ਹਨ ਮੇਰੇ ਜੀਵ ਇਸ ਬਾਲਣ ਵਿੱਚ ਪਰਿਵਰਤਿਤ ਹੋਣ ਵਿੱਚ ਲੱਖਾਂ ਸਾਲ ਲੱਗਦੇ ਹਨ ਇਹਨਾਂ ਦੀ ਜਾਣੇ ਹੋਏ ਪੰਡਾਰ ਸੀਮਿਤ ਹਨ ਇਸ ਲਈ ਕੋਲਾ ਅਤੇ ਪੈਟਰੋਲੀਅਮ ਖਤਮ ਹੋਣ ਵਾਲੇ ਪ੍ਰਕਿਰਤਿਕ ਸਾਧਨ ਹਨ ਦੂਸੇ ਆਪਣੇ ਹੱਥ ਵਿੱਚ ਪਾਣੀ ਭਰ ਲਿਓ ਅਤੇ ਇੱਕ ਪਲਾਸਟਿਕ ਦੀ ਬਾਲਟੀ ਨੂੰ ਲਟਕਾਓ ਜੰਦੇ ਹੋਏ ਬਾਲਟੀ ਉੱਤੇ ਲੱਗਣ ਵਾਲੇ ਬਲਾਂ ਦੇ ਬਾਲਟੀ ਲੱਗਣ ਵਾਲੇ ਬਲਾਂ ਨਿਮਨ ਲਿਖੇ ਹਨ ਗੁਰਤਾ ਬਲ ਵਾਲ ਜਿਹੜਾ ਕਿ ਬਾਲਟੀ ਨੂੰ ਧਰਤੀ ਵੱਲ ਖਿੱਚਦਾ ਹੈ ਪੇਸ਼ੀਆਂ ਦਾ ਬਲ ਜਿਹੜਾ ਕਿ ਬਾਲਟੀ ਨੂੰ ਧਰਤੀ ਦੇ ਉੱਪਰ ਵੱਲ ਰੱਖਦਾ ਹੈ ਫੁੱਲਿਆ ਹੋਇਆ ਗੁਬਾਰਾ ਬਣਾਉਟੀ ਕੱਪੜੇ ਟੁਕੜੇ ਰਗੜ ਇੱਕ ਦੀਵਾਰ ਨਾਲ ਦਬਾਇਆ ਗਿਆ ਇਹ ਗੁਬਾਰਾ ਦੀਵਾਰ ਨੂੰ ਚਿੰਬੜ ਜਾਂਦਾ ਹੈ ਦੀਵਾਰ ਅਤੇ ਗੁਬਾਰੇ ਦੇ ਆਕਰਸ਼ਣ ਲਈ ਜ਼ਿੰਮੇਵਾਰ ਬਾਲ ਦਾ ਨਾਮ ਦੱਸੋ ਸਥਿਰ ਤੇ ਬਿਜਲੀ ਬਲ ਆਕਾਸ਼ੋਰ ਅਤੇ ਸੰਗੀਤ ਵਿੱਚ ਅੰਤਰ ਕੰਨਾਂ ਨੂੰ ਮਿੱਠੀਆਂ ਲੱਗਣ ਵਾਲੀਆਂ ਧੁਨੀਆਂ ਨੂੰ ਸੰਗੀਤ ਕਹਿੰਦੇ ਹਨ ਉਦਾਹਰਨ ਦੇ ਤੌਰ ਤੇ ਹਾਰਮੋਨੀਅਮ ਸਤਾਰ ਆਦਿ ਦੁਆਰਾ ਪੈਦਾ ਹੋਈਆਂ ਧੁਨੀਆਂ ਸੰਗੀਤ ਆਪ੍ਰੀਏ ਧੁਨੀਆਂ ਨੂੰ ਸ਼ੋਰ ਕਹਿੰਦੇ ਹਨ ਉਦਾਹਰਨ ਦੇ ਤੌਰ ਤੇ ਬੱਸਾਂ ਤੇ ਟਰੱਕਾਂ ਦਾ ਹਾਰਨਾਂ ਦੀਆਂ ਧੁਨੀਆਂ ਸ਼ੋਰ ਹੁੰਦੀਆਂ ਹਨ ਇਹ ਸੁਖਦਾਇਕ ਹੈ ਤੇ ਇਹ ਤਕਲੀਫ ਦੇਈ ਹੈ। ਅੱਗੇ ਖਾਦ ਸੁਰੱਖਿਆਣ ਤੋਂ ਭਾਵ ਹੈ ਖਾਦ ਪਦਾਰਥਾਂ ਦੇ ਸੁਰੱਖਣ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰੋ। ਖਾਦ ਸੁਰੱਖਿਆਣ ਆਖਾਦ ਨੂੰ ਸੰਤੁਸ਼ਿਤ ਹੋਣ ਤੋਂ ਬਚਾ ਕੇ ਲੰਬੇ ਸਮੇਂ ਤੱਕ ਉਸ ਦੇ ਪੋਸ਼ਟਿਕ ਤੱਤਾਂ ਨੂੰ ਸੁਰੱਖਿਅਤ ਰੱਖਣਾ ਖਾਦ ਚਰਕਣ ਫਾਂਦਾ ਹੈ। ਰਸਾਇਣਿਕ ਸੁਰੱਖਿਆਣ, ਨਿਰਜਲੀਕਰਨ, ਚੀਨੀ ਅਤੇ ਨਮਕ ਦੁਆਰਾ ਸੁਰੱਖਿਆਣ, ਹਵਾ ਬੰਦ ਬੈਗਾਂ ਵਿੱਚ ਸੀਲ ਬੰਦ ਕਰਨਾ ਅਤੇ ਠੰਡਾ ਕਰਨਾ। ਠੀਕ ਹੈ ਅੱਗੇ ਹੁਣ ਇਹ ਜਿਹੜਾ ਕੀ ਤੁਹਾਡਾ ਕੁਐਸਚਨ ਸੀਗਾ ਤੇ ਬੱਚਿਓ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਨਾਂ ਨੇ ਵੀਡੀਓ ਐਂਡ ਤੱਕ ਦੇਖੀ ਆ ਕਮੈਂਟ ਕਰਕੇ ਜਰੂਰ ਦੱਸਣਗੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਥੈਂਕ ਯੂ